ਸਿਵਲ ਹੌਸਪੀਟਲ ਦੇ ਵਿੱਚ ਜਿਸ ਪ੍ਰਕਾਰ ਦੇ ਹਾਲਾਤ ਹੈ ਔਰ ਉਹ ਵੀ ਮਹਾਂਨਗਰ ਲੁਧਿਆਣਾ ਦੇ, ਇੰਝ ਲੱਗਦਾ ਕਿ ਹੈਲਥ ਸਿਸਟਮ ਨਾਂ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ। ਹਾਲਾਤ ਇੰਨੇ ਮਾੜੇ ਨੇ, ਬੱਤੋ ਬੱਤਰ ਨੇ। ਸੋ ਪੰਜਾਬ ਸਰਕਾਰ ਦੇ ਕੰਨ 'ਤੇ ਇਸ ਗੱਲ ਦੀ ਕਿਸੇ ਪ੍ਰਕਾਰ ਦੀ ਕੋਈ ਜੂ ਨਹੀਂ ਸਰਕ ਰਹੀ। ਅੱਜ 2.5 ਸਾਲ ਹੋ ਗਏ, ਹਾਲਾਂਕਿ ਹਾਰਾਂ ਵਾਲੀਆਂ ਸਾਰੀਆਂ ਜ਼ਿੰਮੇਦਾਰੀਆਂ ਮੈਨੂੰ ਦੇ ਦਿੱਤੀਆਂ ਜਾਂਦੀਆਂ ਹੈ, ਪਰ ਮੈਂ ਲੈਣ ਨਹੀਂ ਤਿਆਰ ਹੈ। ਜਿੱਤਣ ਵਾਲੀਆਂ ਜ਼ਿੰਮੇਦਾਰੀਆਂ ਵੀ ਕਦੇ ਕੋਈ ਥੋੜ੍ਹੀ ਮੋਟੀ ਬੰਦਾ ਪਿੱਠ ਥਪਥਪਾ ਦੇ ਤਾਂ ਚੰਗਾ ਰਹਿੰਦਾ ਹੈ। ਮੈਨੂੰ ਯਾਦ ਹੈ ਡਾਕਟਰ ਬਲਵੀਰ ਜੀ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਪੰਜਾਬ ਦੀ ਵਿਧਾਨ ਸਭਾ 'ਚ ਫਲੋਰ ਆਫ ਦੀ ਹਾਊਸ ਕਿ ਮੈਨੂੰ 1 ਸਾਲ ਦਾ ਸਮਾਂ ਦਿਓ, ਮੈਂ ਹਰ ਹੋਸਪਿਟਲ ਦੇ ਵਿੱਚ ਡਾਕਟਰਸ ਪੂਰੇ ਕਰ ਦਿਆਂਗਾ। ਡਾਕਟਰਸ ਤਾਂ ਕੀ ਪੂਰੇ ਹੋਣੇ, ਇੱਥੇ ਨਰਸਿਸ ਪੂਰੇ ਨਹੀਂ ਹੈ, ਇੱਥੇ ਬੈਡਸ ਪੂਰੇ ਨਹੀਂ ਹੈ, ਇੱਥੇ ਬੈੱਡ ਸ਼ੀਟਸ ਪੂਰੀਆਂ ਨਹੀਂ ਹੈ, ਇੱਥੇ ਪਾਣੀ ਵਾਲਾ ਪੀਣ ਵਾਲਾ ਚੰਗਾ ਇੰਤਜ਼ਾਮਾਤ ਨਹੀਂ ਹੈ। ਤੁਸੀਂ ਜਗ੍ਹਾ ਜਗ੍ਹਾ ਮੁਹੱਲਾ ਕਲੀਨਿਕ ਖੋਲ੍ਹੀ ਜਾਂਦੇ ਹੋ, ਇੱਕ ਮੁਹੱਲਾ ਕਲੀਨਿਕ 'ਤੇ ਪੈਸੇ 18 ਲੱਖ, 22 ਲੱਖ, 25 ਲੱਖ ਲਾ ਰਹੇ ਹੋ। ਇਹ ਤੋਂ ਬੈਟਰ ਹੈਗਾ ਕਿ ਤੁਸੀਂ ਸਿਵਲ ਹੋਸਪਿਟਲ 'ਤੇ ਪੈਸੇ ਲਾਓ, ਲੋਕ 5-4 ਕਿਲੋਮੀਟਰ ਚੱਲ ਕੇ ਆ ਸਕਦੇ ਹੈ। ਇੱਥੋਂ ਦਾ ਲੋਕਲ MLA ਜਿਹਨੂੰ ਮੈਂ ਸਮਰਥਨ ਦਿੱਤਾ ਸੀ ਇਲੈਕਸ਼ਨ 'ਚ, ਜਿਹੜਾ ਕਹਿੰਦਾ ਮੈਨੂੰ ਸਮਰਥਨ ਦਿੱਤਾ ਹੈ, ਕਹਿੰਦਾ ਰਾਜਾ ਵੜਿੰਗ ਜੀ ਉਹਨੂੰ ਪੁੱਛੋ 2.5 ਸਾਲਾਂ ਦਾ, ਭਾਈ ਸਾਹਿਬ ਤੂੰ ਕਦੇ ਹੋਸਪਿਟਲ 'ਚ ਗੇੜਾ ਮਾਰਿਆ? ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣੇ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗਾ ਜੀ ਲੁਧਿਆਣੇ ਦੇ ਸਿਵਲ ਹਸਪਤਾਲ ਪਹੁੰਚੇ, ਜਿੱਥੇ ਕੁਝ ਸਥਾਨਕ ਕਾਂਗਰਸ ਆਗੂ ਹਸਪਤਾਲ ਵਿੱਚ ਸਟਾਫ ਦੀ ਘਾਟ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਸਨ। ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਸਪਤਾਲ ਦਾ ਦੌਰਾ ਵੀ ਕੀਤਾ ਅਤੇ ਸੂਬਾ ਸਰਕਾਰ ਤੇ ਹਸਪਤਾਲ ਵਿੱਚ ਲੋੜੀਂਦੀਆਂ ਸਹੂਲਤਾਂ ਨਾ ਦੇਣ ਦਾ ਵੀ ਦੋਸ਼ ਲਗਾਇਆ। ਬਾਕੀ ਤੁਸੀਂ ਵੀ ਸੁਣੋ ਇਸ ਦੌਰਾਨ ਉਹਨਾਂ ਨੇ ਹੋਰ ਕੀ ਕਿਹਾ। ਸਾਡੇ ਰਿੰਕੂ ਜੀ ਬੈਠੇ ਹੈ ਔਰ ਕਾਂਗਰਸ ਪਾਰਟੀ ਦੇ ਲੱਕੀ ਜੀ ਹਰੀ ਸਾਰੇ ਲੋਕ, ਡਾਬਰ ਸਾਹਿਬ, ਸਿਵਲ ਹੌਸਪੀਟਲ ਦੇ ਵਿੱਚ ਜਿਸ ਪ੍ਰਕਾਰ ਦੇ ਹਾਲਾਤ ਹੈ ਔਰ ਉਹ ਵੀ ਮਹਾਂਨਗਰ ਲੁਧਿਆਣਾ ਦੇ, ਇੰਝ ਲੱਗਦਾ ਕਿ ਹੈਲਥ ਸਿਸਟਮ ਨਾਂ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ। ਮੈਂ ਗਿੱਦੜਬੇ ਦੇ ਆਏ ਹਾਲਾਤ ਤਾਂ ਮਹਿਸੂਸ ਕਰ ਸਕਦਾ, ਹਾਲਾਂਕਿ ਗਿੱਦੜਬਾ ਪੰਜਾਬ ਦਾ ਪਹਿਲੇ ਨੰਬਰ ਦਾ ਅਸੀਂ ਹਸਪਤਾਲ ਬਣਾਇਆ ਸੀ। ਅੱਜ ਉੱਥੇ ਕੋਈ ਡਾਕਟਰਸ ਨਹੀਂ ਹੈ ਔਰ ਨਾ ਕੇਵਲ ਗਿੱਦੜਬਾ, ਸਾਰੇ ਪੰਜਾਬ ਦੇ ਹੋਸਪਿਟਲਸ ਦੇ ਹਾਲਾਤ ਹੈ। ਜੇ ਤੁਸੀਂ ਸੰਗਰੂਰ ਦੀ ਗੱਲ ਕਰ ਲਓ ਜਿੱਥੋਂ ਦੇ ਮੁੱਖ ਮੰਤਰੀ ਸਾਹਿਬ ਹੈ, ਉੱਥੇ ਵੀ 11 ਵਿੱਚੋਂ 8-8 ਪੋਸਟਾਂ ਜਿਹੜੀਆਂ ਉਹ ਵੇਕੈਂਟ ਪਈਆਂ ਨੇ ਔਰ ਲੋਕ ਆਉਂਦੇ ਨੇ ਵਿਚਾਰੇ ਚਲੇ ਜਾਂਦੇ ਨੇ। ਪ੍ਰਾਈਵੇਟ ਸੈਕਟਰ, ਪ੍ਰਾਈਵੇਟ ਹੋਸਪਿਟਲਸ, ਵਿਚਾਰੇ ਲੋਕ ਇਲਾਜ ਨਹੀਂ ਕਰਾ ਸਕਦੇ। ਰੋਜ਼ਾਨਾ ਮੇਰੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਹਾਲਾਤ ਇੰਨੇ ਮਾੜੇ ਨੇ, ਬੱਤੋ ਬੱਤਰ ਨੇ। ਸੋ ਪੰਜਾਬ ਸਰਕਾਰ ਦੇ ਕੰਨ 'ਤੇ ਇਸ ਗੱਲ ਦੀ ਕਿਸੇ ਪ੍ਰਕਾਰ ਦੀ ਕੋਈ ਜੂ ਨਹੀਂ ਸਰਕ ਰਹੀ। ਅੱਜ 2.5 ਸਾਲ ਹੋ ਗਏ, ਬਹੁਤ ਵਾਰ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ ਕਿ ਹੋਸਪਿਟਲਸ ਦੇ ਵਿੱਚ ਡਾਕਟਰ ਨਹੀਂ ਹੈ, ਮਸ਼ੀਨਸ ਨਹੀਂ ਹੈ, ਕੋਈ ਹੋਰ ਇੰਤਜ਼ਾਮਾਤ ਨਹੀਂ ਹੈ। ਉਹ ਕਹਿੰਦੇ ਨਹੀਂ, ਸਾਨੂੰ 6 ਮਹੀਨੇ ਦਾ ਟਾਈਮ ਦੇ ਦਿਓ। ਮੈਨੂੰ ਯਾਦ ਹੈ ਡਾਕਟਰ ਬਲਵੀਰ ਸਿੰਘ ਨੇ ਕਿਹਾ ਸੀ ਕਿ 1 ਸਾਲ ਦਾ ਸਮਾਂ ਦਿਓ, ਤੁਸੀਂ ਪੰਜਾਬ ਦੇ ਹਸਪਤਾਲਾਂ ਨੂੰ ਫਿਰ ਗੱਲ ਕਰਿਓ, ਅਤੇ ਅੱਜ ਉਸ ਗੱਲ ਨੂੰ 1.5 ਸਾਲ ਹੋ ਗਏ। ਅਤੇ ਮੈਨੂੰ ਸ਼ਰਮ ਆਉਂਦੀ ਹੈ ਕਿ ਅੱਜ ਸਿਵਲ ਹੋਸਪਿਟਲ ਦੇ ਇਹ ਹਾਲਾਤ ਨੇ, ਉਹ ਵੀ ਮਹਾਂਨਗਰ ਦੇ, ਜਿੱਥੋਂ 5-5 ਵਿਧਾਇਕ ਆਮ ਆਦਮੀ ਪਾਰਟੀ ਦੇ ਜਿੱਤੇ ਨੇ ਔਰ ਹੁਣ ਤੱਕ ਮਗਰਲੇ ਅੱਜ 4th ਦਿਨ ਹੋ ਗਿਆ, 5ਵਾਂ, ਸਾਡੇ ਲੋਕ ਧਰਨੇ 'ਤੇ ਬੈਠੇ ਨੇ, ਲੇਕਿਨ ਕਿਸੇ MLA ਨੇ ਕੋਈ ਇੰਨੀ ਉਹ ਇਨਸਾਨੀਅਤ ਨਹੀਂ ਦਿਖਾਈ ਕਿ ਅਸੀਂ ਆ ਕੇ ਇੱਥੇ ਉਹਨਾਂ ਦੀ ਪੁੱਛ ਪ੍ਰਤੀਤ ਕਰ ਲਈਏ। 5 ਦਿਨ ਭੁੱਖ ਹੜਤਾਲ 'ਤੇ ਬਹਿਣਾ,
ਲੋਕਾਂ ਦੇ ਵਾਸਤੇ ਮੈਂ ਸਮਝਦਾ ਕਿ ਮੈਂ ਲੱਕੀ ਹਰਾਂ ਨੂੰ, ਕਪੂਰ ਸਾਹਿਬ ਹਰਾਂ ਨੂੰ ਅਤੇ ਉਹਨਾਂ ਦੀ ਟੀਮ ਨੂੰ ਅਤੇ ਡਾਬਰ ਸਾਹਿਬ ਹਰਾਂ ਨੂੰ, ਉਹਨਾਂ ਦੀ ਸਮੁੱਚੀ ਕਾਂਗਰਸ ਪਾਰਟੀ ਨੂੰ, ਸਾਡੇ ਅਹੁਦੇਦਾਰ ਸਾਹਿਬਾਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਹਨਾਂ ਨੇ ਉਪਰਾਲਾ ਕੀਤਾ ਲੜਾਈ ਲੜਨ ਦਾ। ਔਰ ਅੱਜ ਕਮ ਸੇ ਕਮ ਹੋ ਸਕਦਾ ਕਿ ਗੁੰਗੀ ਬੈਰੀ ਸਰਕਾਰ ਦੇ ਕੰਨਾਂ ਤੱਕ ਕੋਈ ਨਾ ਕੋਈ ਖਬਰ ਜ਼ਰੂਰ ਪਹੁੰਚੇ। ਹੋ ਸਕਦਾ ਕਿ ਕੁੰਭਕਰਨ ਦੀ ਸੁੱਤੀ ਇਹ ਜਿਹੜੇ ਸਰਕਾਰ ਵਾਲੇ ਨੁਮਾਇੰਦੇ ਔਰ ਹੈਲਥ ਮਿਨਿਸਟਰ ਹੈ ਉਹ ਜਾਗਣ ਤੇ ਕੋਈ ਨਾ ਕੋਈ ਕਾਰਵਾਈ ਹੋ। ਇੱਕ ਜੀ ਆਮ ਆਦਮੀ ਪਾਰਟੀ ਨੇ ਹਰਿਆਣਾ 'ਚ ਇਲੈਕਸ਼ਨ ਇਕੱਲਿਆਂ ਲੜਨ ਦਾ ਐਲਾਨ ਕੀਤਾ ਹੈ। ਉਹ ਸ਼ੁਕਰ ਹੈ ਇਹਨਾਂ ਨੇ ਇਕੱਲਿਆਂ ਨੇ ਕੀਤਾ, ਅਸੀਂ ਤਾਂ ਪੰਜਾਬ ਵਾਲਿਆਂ ਨੇ ਪਹਿਲਾਂ ਹੀ ਕਿਹਾ ਸੀ ਵੀ ਇਹਨਾਂ ਨਾਲ ਕੋਈ ਸਮਝੌਤਾ ਨਹੀਂ, ਇਹ ਲੜਨ ਇਕੱਲੇ। ਨਾਲੇ ਬੰਦੇ ਨੂੰ ਪਤਾ ਲੱਗ ਜਾਂਦਾ ਇਕੱਲਾ ਇਕੱਲਾ ਲੜ ਕੇ, ਹਰ ਬੰਦੇ ਨੂੰ ਪਤਾ ਲੱਗ ਜਾਂਦਾ ਕਿਸ ਮੇ ਕਿਤਨਾ ਹੈ ਦਮ। ਸੋ ਮੈਨੂੰ ਲੱਗਦਾ ਕਿ ਅਸੀਂ ਤਾਂ ਪੰਜਾਬ ਵਾਲਿਆਂ ਨੇ ਪਹਿਲਾਂ ਹੀ ਇਹ ਕਿਹਾ ਸੀ ਵੀ ਅਸੀਂ, ਸਾਨੂੰ ਇਹਨਾਂ ਤੋਂ ਬਚਾਇਓ। ਇੱਕ ਆਸ਼ੂ ਜੀ ਨੇ ਜਲੰਧਰ ਇਲੈਕਸ਼ਨ ਨੂੰ ਲੈ ਕੇ ਸਵਾਲ ਚੁੱਕੇ ਨੇ, ਉਹਨਾਂ ਨੇ ਕਿਹਾ ਕਿਤੇ ਨਾ ਕਿਤੇ ਸਾਡੇ ਲੀਡਰਾਂ 'ਚ ਕਮੀ ਰਹਿ ਗਈ। ਮੈਨੂੰ ਨਹੀਂ ਪਤਾ ਆਸ਼ੂ ਜੀ ਕੀ ਕਹਿੰਦੇ ਨੇ, ਮੈਂ ਲੇਕਿਨ ਹਰ ਚੀਜ਼ ਦੀ ਜ਼ਿੰਮੇਵਾਰੀ ਰਾਜਾ ਵੜਿੰਗੀ ਲੈਂਦਾ ਹੈ। ਪਰਸੈਂਟੇਜ ਲੁਧਿਆਣਾ ਦੀ ਵੀ ਜ਼ਿੰਮੇਵਾਰੀ ਲੈਂਦਾ, ਜਲੰਧਰ ਲੁਧਿਆਣਾ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਂਦਾ, ਔਰ ਦੂਜੀਆਂ ਜਿਹੜੀ ਜਲੰਧਰ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਂਦਾ। ਸਵਾਲ ਚੁੱਕਣੇ ਹਰ ਵਿਅਕਤੀ ਨੂੰ, ਮੈਨੂੰ ਨਹੀਂ ਪਤਾ ਉਹਨਾਂ ਨੇ ਕੋਈ ਚੁੱਕਿਆ ਕਿ ਨਹੀਂ ਚੁੱਕਿਆ, ਮੈਨੂੰ ਕੋਈ ਇਤਰਾਜ਼ ਨਹੀਂ ਗਾ, ਲੇਕਿਨ ਮੇਰਾ ਖਾਲੀ ਇੰਨਾ ਹੀ ਕਹਿਣਾ ਹੈ ਕਿ ਕਿਸੇ ਵੱਲ ਉਂਗਲੀ ਕਰਨੀ ਬੜੀ ਸੌਖੀ ਹੈ, ਲੇਕਿਨ ਉਂਗਲੀ ਕਿਸੇ ਵੱਲ ਜਾਂ ਉਹ ਕਰਨ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪਣੇ ਬਾਰੇ ਆਪਣੇ ਮੰਜੇ ਥੱਲੇ ਸੋਟਾ ਮਾਰਨਾ ਚਾਹੀਦਾ। ਦੂਜੀ ਗੱਲ, ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ, ਹਾਲਾਂਕਿ ਪਹਿਲਾਂ ਕੋਈ ਮਾਲਵੇ ਦੀ ਗੱਲ ਕਰਦਾ ਸੀ, ਕੋਈ ਪਰਸੈਂਟੇਜ ਦੀ ਗੱਲ ਕਰਦੇ ਸੀ, ਮੈਂ ਪ੍ਰਧਾਨ ਹੋਣ ਦੇ ਨਾਤੇ ਜਲੰਧਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੈਂ ਲੈਂਦਾ, ਕਿਉਂਕਿ ਹਰ ਜਿਹੜਾ ਇਲੈਕਸ਼ਨ ਆ ਉਹ ਵੱਖੋ ਵੱਖਰਾ ਹੁੰਦਾ, ਉਹਦਾ ਸਿਸਟਮ ਵੱਖਰੋ ਵੱਖਰਾ ਹੁੰਦਾ, ਉੱਥੇ ਵੋਟ ਪਾਉਣ ਦਾ ਪੈਟਰਨ ਵੱਖਰਾ ਵੱਖਰਾ, ਕੋਈ ਐਸਾ ਸੈੱਟ ਫਿਨੋਮੀਨਾ ਨਹੀਂ ਹੈ ਕਿਸੇ ਵਿਅਕਤੀ ਕੋਲ, ਨਾ ਮੇਰੇ ਕੋਲ, ਨਾ ਆਸ਼ੂ ਜੀ ਕੋਲ, ਨਾ ਕਿਸੇ ਹੋਰ ਵਿਅਕਤੀ ਕੋਲ, ਕਿ ਜਿਹਦੇ ਨਾਲ ਕੋਈ ਕੋਈ ਚੀਜ਼ ਘੋਲ ਕੇ ਕਿਸੇ ਦੇ ਅੰਦਰ ਪਾ ਦਿਆਂਗੇ ਜਾਂ ਕੋਈ ਸੈੱਟ ਪੈਟਰਨ ਅਸੀਂ ਫਾਰਮੂਲਾ ਅਪਣਾ ਲਾਂਗੇ। ਤੁਹਾਡੇ ਸਾਹਮਣੇ 44,000 ਵੋਟ ਪਈ ਸੀ ਸਾਨੂੰ ਉੱਥੇ, ਔਰ ਸਾਨੂੰ 15,000 ਵੋਟ ਪਈ ਸੇਮ ਬੀਜੇਪੀ ਨੂੰ ਹੋਇਆ। ਹੁਣ ਜੇ ਸਾਡੇ 'ਚ ਨਹੀਂ ਸੀ ਤਾਂ ਬੀਜੇਪੀ 'ਚ, ਤਾਂ ਫਿਰ ਇਹਦਾ ਮਤਲਬ ਬੀਜੇਪੀ 'ਚ ਵੀ ਕੁਝ ਠੀਕ ਨਹੀਂ ਸੀ, ਉਹਨਾਂ ਨੂੰ ਵੀ ਇੰਨੀ ਵੋਟ ਹੀ ਪਈ, ਅਸੀਂ ਬਰਾਬਰ 'ਤੇ ਰਹਿ ਗਏ, ਲੇਕਿਨ ਜਿਹਨੂੰ 15,000 ਪਈ ਸੀ ਉਹ 53,000 'ਤੇ ਪਹੁੰਚ ਗਏ। ਸੋ ਇਹ ਐਵੇਂ ਪ੍ਰਡਿਕਸ਼ਨ ਕਰਨੀਆਂ, ਆਪਣੇ ਵਿਚਾਰ ਲੋਕਾਂ ਦੇ ਅੱਗੇ ਪੇਸ਼ ਕਰਨੇ, ਇਸ ਗੱਲ ਨਾਲ ਉਲਟਾ ਪਾਰਟੀ ਨੂੰ ਢਾਹ ਲੱਗਦੀ ਹੈ। ਸੋ ਆਪਣੇ ਆਪ ਹੀ ਕੁਝ ਲੋਕ ਕਹਿਣਗੇ ਹੁਣ ਅਗਲਾ ਸਾਡਾ ਕੰਪੀਟੀਸ਼ਨ ਉਹ ਰਹਿਣਾ ਹੋਏਗਾ। ਇਹ ਇੱਦਾਂ ਕਰਦੇ ਕੁਝ ਲੋਕ, ਹਰ ਵਿਅਕਤੀ ਕਿ ਮੇਰੇ ਤੋਂ ਬਿਨਾਂ ਕਿਸੇ ਨੂੰ ਕੁਝ ਨਹੀਂ ਪਤਾ। ਸੋ ਇਹ ਜਲੰਧਰ ਦੀ ਸਾਰੀ ਜ਼ਿੰਮੇਦਾਰੀ ਹੈ। ਮੈਂ ਬਤੌਰ ਪ੍ਰਧਾਨ ਹੁੰਦਿਆਂ ਜੇ, ਹਾਲਾਂਕਿ ਹਾਰਨ ਵਾਲੀਆਂ ਸਾਰੀਆਂ ਜ਼ਿੰਮੇਦਾਰੀਆਂ ਮੈਨੂੰ ਦੇ ਦਿੱਤੀਆਂ ਜਾਂਦੀਆਂ, ਪਰ ਮੈਂ ਲੈਣ ਨਹੀਂ ਤਿਆਰ ਹਾਂ। ਜਿੱਤਣ ਵਾਲੀਆਂ ਜ਼ਿੰਮੇਦਾਰੀਆਂ ਵੀ ਕਦੇ ਕੋਈ ਥੋੜ੍ਹੀ ਮੋਟੀ ਬੰਦਾ ਪਿੱਠ ਥਪਥਪਾ ਦੇ ਤਾਂ ਚੰਗਾ ਰਹਿੰਦਾ, ਪਰ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਉਹਨੂੰ ਅਸੀਂ ਕੋਸ਼ਿਸ਼ ਕਰਕੇ ਠੀਕ ਕਰਕੇ। ਇੱਕ ਰੇਲ ਹਾਦਸੇ ਲਗਾਤਾਰ ਹੋ ਰਹੇ ਨੇ ਜੀ, ਉਹਨੂੰ ਲੈ ਕੇ ਕੋਈ ਪਾਰਲੀਮੈਂਟ ਦੇ ਵਿੱਚ? ਹਾਂ, ਰੇਲ ਹਾਦਸੇ, ਹੁਣ ਤਾਂ ਰੇਲ ਮੰਤਰੀ ਪੰਜਾਬ ਦਾ ਹੈ, ਮੈਂ ਸਮਝਦਾ ਕਿ ਨੌਜਵਾਨ ਮੁੰਡਾ, ਉਹਨੂੰ ਹਰ ਥਾਂ 'ਤੇ ਜਾਣਾ ਚਾਹੀਦਾ, ਦੇਖਣਾ ਚਾਹੀਦਾ ਵੀ ਕਿਹੜੀਆਂ ਕਮੀਆਂ। ਅੱਜ ਵੀ ਉਹੀ ਕੰਮ ਜਿਹੜਾ 40 ਸਾਲ ਪਹਿਲਾਂ ਹੁੰਦਾ ਸੀ, ਰੇਲ ਹਾਦਸਾ ਹੋ ਗਿਆ, ਸਵਾਰੀ ਲੋਕ ਮਰ ਗਏ ਨੇ, ਕੱਲ੍ਹ ਅਸੀਂ ਟਵੀਟ ਕੀਤਾ ਕਿਸ ਪ੍ਰਕਾਰ ਉਹ ਅਣਗਹਿਲੀ ਹੈ, ਮੈਂ ਸਮਝਦਾ। ਸੋ ਇਹ ਵੀ ਗੱਲ ਕਰਾਂਗੇ, ਸਾਡਾ ਜਿਹੜਾ
ਜਿਲ੍ਹਾ ਸਾਡਾ ਲੁਧਿਆਣਾ ਦਾ ਰੇਲਵੇ ਸਟੇਸ਼ਨ ਹੈ, ਇਹਦੀ ਅਪਗ੍ਰੇਡੇਸ਼ਨ ਹੋ ਰਹੀ ਹੈ, ਬਹੁਤ ਚਿਰ ਤੋਂ ਪੈਂਡਿੰਗ ਪਿਆ, ਚੱਲੀ ਜਾ ਰਿਹਾ ਹੈ, ਸੋ ਇਹ ਵੀ ਜਲਦੀ ਕੰਪਲੀਟ ਕਰਾਉਣ ਦੀ ਵੀ ਮੰਗ ਕਰਾਂਗੇ। ਨੂੰ ਲੈ ਕੇ ਜਿਹੜੀ ਮੁੱਖ ਮੰਤਰੀ ਨੇ ਮੁਲਾਕਾਤ ਕੀਤੀ, ਉਹ ਕਹਿੰਦੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਤਾਂ ਲਗਾਤਾਰ ਤੁਸੀਂ ਵੀ ਡਿਮਾਂਡ? ਬਿਲਕੁਲ, ਮੈਂ ਇਹ ਕਹੂੰਗਾ ਕਿ ਇਹਨਾਂ ਨਾਲ ਸਾਡੀ ਜਿਹੜੀ ਤਰੱਕੀ ਰੁਕਦੀ ਹੈ, ਜਿਹੜੀਆਂ ਇਹ ਨੈਸ਼ਨਲ ਹਾਈਵੇਜ਼ ਹੈ, ਕਿਸਾਨ ਭਰਾਵਾਂ ਅਤੇ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਹਦੇ 'ਚ ਤੁਸੀਂ ਆਪਦਾ ਯੋਗਦਾਨ ਪਾ ਕੇ, ਪਰ ਹਾਂ ਉਹਨਾਂ ਨੂੰ ਬਣਦਾ ਜਿਹੜਾ ਉਹਨਾਂ ਦਾ ਮੁੱਲ ਹੈ, ਜੋ ਮਾਰਕੀਟ ਰੇਟ ਹੈ, ਉਹ ਦੇ ਕੇ ਅਤੇ ਇਹ ਜ਼ਮੀਨ ਜਿਹੜੀ ਅਕੁਆਇਰ ਕਰਕੇ ਇਹ ਹਾਈਵੇਜ਼ ਛੇਤੀ ਤੋਂ ਛੇਤੀ ਬਣਨੇ ਚਾਹੀਦੇ। ਮੈਂ ਨਿਤਿਨ ਗਡਕਰੀ ਨੂੰ ਵੀ ਜਲਦੀ ਉਹਨਾਂ ਨਾਲ ਗੱਲ ਵੀ ਕੀਤੀ ਸੀ, ਉਹਨਾਂ ਨੂੰ ਜਲਦੀ ਇਸ ਮੁੱਦੇ 'ਤੇ ਮਿਲ ਵੀ ਰਿਹਾ, ਉਹਨਾਂ ਨਾਲ ਗੱਲਬਾਤ ਵੀ ਹੋ ਰਹੀ ਹੈ, ਔਰ ਨਿਰੰਤਰ ਮੇਰੀ PWD ਸੈਕਟਰੀ ਨਾਲ ਗੱਲ ਹੋਈ ਸੀ। ਹਜੇ ਕਿਸੇ ਪ੍ਰਕਾਰ ਦਾ ਜਿਹੜਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਹੈ ਕੋਈ ਕੈਂਸਲ ਨਹੀਂ ਹੋਇਆ, ਮੈਂ ਤੁਹਾਨੂੰ ਇਹ ਜਾਣਕਾਰੀ ਕਿਸਾਨ ਫਿਰ ਜਿਹੜੇ ਦਿੱਲੀ ਦੇ ਕੂਚ ਕਰਨ ਦੀ ਤਿਆਰੀ ਕਰ ਰਹੇ ਨੇ। ਹਾਂ ਬਿਲਕੁਲ, ਕਿਸਾਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ, ਬਾਰਡਰ ਖੋਲ੍ਹ ਦੇਣਾ ਚਾਹੀਦਾ, ਇੱਥੋਂ ਸਾਰਾ ਲੁਧਿਆਣੇ ਦੇ ਵਪਾਰੀ ਵੀ ਇਸ ਗੱਲ ਨਾਲ ਪਰੇਸ਼ਾਨ ਨੇ ਜਿਹੜਾ ਬਾਰਡਰ ਰੁਕਿਆ ਵਿਆ, ਔਰ ਮੈਂ ਉਹੀ ਤਾਂ ਕਹਿੰਦਾ ਜਾਣ ਬੁੱਝ ਕੇ ਇਹ ਸਰਕਾਰ ਕਰ ਰਹੀ ਹੈ ਤਾਂ ਜੋ ਸਾਡਾ ਪਾੜਾ ਵਧੇ ਇਹਨਾਂ ਨਾਲ। ਇਹਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ, ਕਿਸਾਨ ਭਰਾਵਾਂ ਨੂੰ ਉੱਥੇ ਰਾਮਲੀਲਾ ਮੈਦਾਨ ਜਾਣਾ ਚਾਹੁੰਦੇ ਹੈ, ਉੱਥੇ ਜੰਤਰ ਮੰਤਰ ਬੈਠਣਾ ਚਾਹੁੰਦੇ ਆ, ਕੀ ਹਰਜ ਹੈ? ਜੇ ਇੱਥੇ ਬੈਠੇ ਤਾਂ ਉੱਥੇ ਕਿਉਂ ਨਹੀਂ ਬੈਠ ਸਕਦੇ? ਇਹ ਤਾਂ ਜਾਣ ਬੁੱਝ ਕੇ ਕਰ ਰਹੀ ਹੈ BJP। ਠੀਕ ਹੈ, ਜਿਹੜਾ ਸਿਮਰਾ ਸਾਹਿਬ ਪਹੁੰਚੇ ਸੀ ਇੱਥੇ, ਜਿਹੜੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਉਹਨਾਂ ਨੂੰ ਦੇਖੋ ਜਿਹੜੀਆਂ ਪਬਲਿਕ ਦੀਆਂ ਡਿਮਾਂਡਸ ਆ, ਬਿਲਕੁਲ ਜਾਇਜ਼ ਨੇ। ਮੈਂ ਸਮਝਦਾ ਕਿ ਉਹਨਾਂ ਦਾ ਭੁੱਖ ਹੜਤਾਲ 'ਤੇ ਬਹਿਣਾ ਬਿਲਕੁਲ ਜਾਇਜ਼ ਹੈ, ਔਰ 5 ਦਿਨਾਂ ਦੇ ਉਹ ਭੁੱਖ ਹੜਤਾਲ 'ਤੇ ਬੈਠੇ ਨੇ, ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਨੇ ਹੋਸਪਿਟਲਸ ਦੇ, ਮੇਰਾ ਖਿਆਲ CMO SMA ਜਿਹੜੇ ਹੈਗੇ ਮੈਡਮ ਜਾਂ ਇੱਥੇ ਸਾਡੇ ਡਾਕਟਰਸ ਨੇ, ਉਹਨਾਂ ਦੇ ਵੀ ਹੱਥ ਖੜ੍ਹੇ ਨੇ। ਉਹਦਾ ਕਾਰਨ ਕੀ ਹੈ ਕਿ ਜਿਹੜੀਆਂ ਹਾਇਰ ਅਥੋਰਿਟੀਜ਼ ਨੇ, ਮੈਨੂੰ ਯਾਦ ਹੈ ਡਾਕਟਰ ਬਲਵੀਰ ਜੀ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਪੰਜਾਬ ਦੀ ਵਿਧਾਨ ਸਭਾ 'ਚ ਫਲੋਰ ਆਫ ਦੀ ਹਾਊਸ, ਕਿ ਮੈਨੂੰ 1 ਸਾਲ ਦਾ ਸਮਾਂ ਦਿਓ, ਮੈਂ ਹਰ ਹੋਸਪਿਟਲ ਦੇ ਵਿੱਚ ਡਾਕਟਰਸ ਪੂਰੇ ਕਰ ਦਿਆਂਗਾ। ਡਾਕਟਰਸ ਤਾਂ ਕੀ ਪੂਰੇ ਹੋਣੇ, ਇੱਥੇ ਨਰਸਿਸ ਪੂਰੇ ਨਹੀਂ ਹੈ, ਇੱਥੇ ਬੈਡਸ ਪੂਰੇ ਨਹੀਂ ਹੈ, ਇੱਥੇ ਬੈੱਡ ਸ਼ੀਟਸ ਪੂਰੀਆਂ ਨਹੀਂ ਹੈ, ਇੱਥੇ ਪਾਣੀ ਵਾਲਾ ਪੀਣ ਵਾਲਾ ਚੰਗਾ ਇੰਤਜ਼ਾਮਾਤ ਨਹੀਂ ਹੈ। ਤੁਸੀਂ ਜਗ੍ਹਾ ਜਗ੍ਹਾ ਮੁਹੱਲਾ ਕਲੀਨਿਕ ਖੋਲ੍ਹੀ ਜਾਂਦੇ ਹੋ, ਇੱਕ ਮੁਹੱਲਾ ਕਲੀਨਿਕ 'ਤੇ ਪੈਸੇ 18 ਲੱਖ 22 ਲੱਖ 25 ਲੱਖ ਲਾ ਰਹੇ ਹੋ। ਇਸ ਤੋਂ ਬੈਟਰ ਹੈਗਾ ਕਿ ਤੁਸੀਂ ਸਿਵਲ ਹੋਸਪਿਟਲ 'ਤੇ ਪੈਸੇ ਲਾਓ, ਲੋਕ 5-4 ਕਿਲੋਮੀਟਰ ਚੱਲ ਕੇ ਆ ਸਕਦੇ ਹੈ। ਸੋ ਇੱਥੇ ਮੇਰਾ ਖਿਆਲ ਇਹਨਾਂ ਕੋਲ ਪੈਸੇ ਨਹੀਂ ਹੋਣੇ ਬਿਲਕੁਲ ਵੀ, ਰੈਨੋਵੇਸ਼ਨ ਵਾਸਤੇ ਪੈਸੇ ਨਹੀਂ ਹੋਣੇ, ਸਾਫ਼ ਸਫਾਈ ਵਾਸਤੇ ਪੈਸੇ ਨਹੀਂ ਹੋਣੇ। 6500 ਰੁਪਏ 'ਤੇ ਮੁਲਾਜ਼ਮ ਕੰਮ ਕਰ ਰਿਹਾ, ਤੁਸੀਂ ਮੈਨੂੰ ਦੱਸੋ ਆਹ ਬੰਦਾ 4500 ਅਤੇ 6500 'ਤੇ ਤਨਖਾਹ 'ਤੇ ਇਹ ਕੰਮ ਕਰ ਰਹੇ ਕਿੱਦਾਂ ਕਰੇਗੇ? DC ਰੇਟ ਤੋਂ ਵੀ ਘੱਟ ਹੈ, ਐਟਲੀਸਟ 10,000 ਹੋਣਾ ਚਾਹੀਦਾ। ਸੋ ਰੋਜ਼ਾਨਾ ਕਹਿਤਾ ਕਿ ਵੀ ਪੱਕੇ ਕਰਤੇ ਬੰਦੇ ਅਸੀਂ ਨੌਕਰੀਆਂ ਦੇ ਰਹੇ ਹਾਂ, ਇਹ ਜਿਹੜੇ ਲੋਕ ਲੱਗੇ ਇਹਨਾਂ ਨੂੰ ਹੀ ਜ਼ਰਾ ਪੱਕੇ ਕਰ ਦਿਓ, ਨਹੀਂ ਪੱਕੇ ਕਰ ਸਕਦੇ ਤਾਂ ਕਮ ਸੇ ਕਮ ਇਹਨਾਂ ਦਾ ਘਰ ਦਾ ਗੁਜ਼ਾਰਾ ਹੋਣ ਲੱਗ ਪਏ। ਅਸੀਂ ਇਹ ਸਾਰੀਆਂ ਗੱਲਾਂ ਸਮਝਦੇ ਹਾਂ ਕਿ ਇਹ ਪੈਸੇ ਤੋਂ ਬਿਨਾਂ ਇਹਨਾਂ ਚੀਜ਼ਾਂ ਦਾ ਕੋਈ ਹੱਲ ਨਹੀਂ ਹੋਣਾ, ਲੇਕਿਨ ਰੈਵਿਊ ਨੂੰ ਲੈ ਕੇ ਆਉਣਾ ਇਹ ਸਰਕਾਰ ਦੀ ਜ਼ਿੰਮੇਦਾਰੀ ਹੈ। ਇਸੇ ਕਰਕੇ ਤਾਂ ਅਸੀਂ ਰੌਲਾ ਪਾਉਣੇ ਹੈ ਕਿ 66,000 ਕਰੋੜ ਰੁਪਇਆ ਪੰਜਾਬ 'ਤੇ ਕਰਜ਼ਾ ਹੋ ਗਿਆ, ਇੱਕ ਵੀ ਮੈਡੀਕਲ ਕਾਲਜ ਨਹੀਂ ਹਜੇ ਤੱਕ ਬਣ ਸਕਿਆ, ਗੱਲਾਂ ਬਾਤਾਂ ਨਾਲ ਬਹੁਤ ਕੁਛ ਹੋ ਗਿਆ, 2.5 ਸਾਲ ਹੋ ਗਏ। ਸੋ ਅੱਜ ਲੁਧਿਆਣਾ ਦੇ ਮਹਾਨਗਰ 'ਚ ਅਗਰ ਮੈਡੀਕਲ ਕਾਲਜ ਨਹੀਂ ਹੈ, ਇਹ ਸਰਕਾਰਾਂ ਵਾਸਤੇ ਔਰ ਸਾਡੇ ਲੋਕਾਂ ਵਾਸਤੇ ਸ਼ਰਮ ਦੀ ਗੱਲ ਹੈ। ਸੋ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਪ੍ਰਾਈਵੇਟ ਲੋਕਾਂ ਦਾ ਵੀ ਇਹਦੇ ਵਿੱਚ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਬੋਲਬਾਲਾ ਹੋਏਗਾ। ਸੋ ਆਮ ਲੋਕਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ, ਆਮ ਲੋਕਾਂ ਦੀ ਸਰਕਾਰ ਬਣੀ ਸੀ, ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣੀ ਸੀ। ਇੱਥੋਂ ਦਾ ਲੋਕਲ MLA ਜਿਹਨੂੰ ਮੈਂ ਸਮਰਥਨ ਦਿੱਤਾ ਸੀ ਇਲੈਕਸ਼ਨ 'ਚ, ਜਿਹੜਾ ਕਹਿੰਦਾ ਮੈਨੂੰ ਸਮਰਥਨ ਦਿੱਤਾ ਹੈ,
ਕਹਿੰਦਾ ਰਾਜਾ ਵੜਿੰਗ ਜੀ ਉਹਨੂੰ ਪੁੱਛੋ 2.5 ਸਾਲਾਂ ਦਾ, ਭਾਈ ਸਾਹਿਬ ਤੂੰ ਕਦੇ ਹੋਸਪਿਟਲ 'ਚ ਗੇੜਾ ਮਾਰਿਆ? ਔਰ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਹੜੇ ਨੁਮਾਇੰਦੇ ਬਣ ਕੇ ਗੱਲਾਂ ਬਾਤਾਂ ਕਰਦੇ ਆ ਲੇਕਿਨ ਕਦੇ ਆਵਾਜ਼ ਬੁਲੰਦ ਨਹੀਂ ਕਰਦੇ। ਮੈਂ SMO ਮੈਡਮ ਨੂੰ ਮਿਲਿਆ, ਮੈਂ ਇਹਨਾਂ ਨੂੰ ਕਿਹਾ, ਤਮਾਮ ਡਾਕਟਰਸ ਨੂੰ ਮਿਲਿਆ, ਕਿਸੇ ਪ੍ਰਕਾਰ ਦੀ ਜਿਹੜੀ ਦਿੱਕਤ ਹੈ ਬੀਂਗ ਏ ਮੈਂਬਰ ਆਫ ਪਾਰਲੀਮੈਂਟ, ਮੈਂ ਇਹਨਾਂ 'ਤੇ ਦੋਸ਼ ਨਹੀਂ ਲਾਉਂਦਾ। ਅਸੀਂ ਜਾਵਾਂਗੇ ਔਰ ਸਰਕਾਰ ਨਾਲ ਵੀ ਗੱਲ ਕਰਾਂਗੇ, ਪ੍ਰਿੰਸੀਪਲ ਸੈਕਟਰੀ ਨਾਲ ਵੀ ਗੱਲ ਕਰਾਂਗੇ, ਔਰ ਮੇਰੇ ਦਾਇਰੇ 'ਚ ਜੋ ਵੀ ਕੁਝ ਹੈਗਾ ਮੈਂ ਪੈਸੇ ਦੇ ਸਕਦਾ। ਮੈਂ ਕੋਈ ਹੋਰ ਚੀਜ਼ ਵਸਤੂ ਲੈ ਕੇ ਆਉਣੀ ਹੈ, ਮੈਂ ਹੋਸਪਿਟਲ ਨੂੰ ਫੰਡ ਦੇ ਸਕਦਾ, ਉਹ ਸਾਰੀਆਂ ਚੀਜ਼ਾਂ ਸਾਡੀ ਪ੍ਰਾਇਓਰਿਟੀ ਹੋਏਗੀ ਕਿ ਹੈਲਥ ਇਨਫਰਾਸਟ੍ਰਕਚਰ ਜਿਹੜਾ ਹੈਲਥ ਸਿਸਟਮ ਹੈ ਇਹਨੂੰ ਅਸੀਂ ਸੁਧਾਰੀਏ। ਸਰ ਅਰਬਨ ਸੈਂਟਰ ਜਿਹੜੇ ਨੇ ਕੰਪਲੀਟ ਪਏ ਨੇ, ਜੇ ਉਹਨਾਂ ਨੂੰ ਚਲਾਇਆ ਜਾਵੇ ਤਾਂ ਸਭ ਬੜਾ ਕੁਝ ਕੰਪਲੀਟ ਪੜਿਆ। ਪਹਿਲੀ ਸਰਕਾਰ ਦੇਖੀ ਹੈ ਕਿ ਜਿਸ ਸਰਕਾਰ ਦਾ ਕੋਈ ਧਿਆਨ ਹੀ ਨਹੀਂ ਹੈ। ਮੇਰਾ ਖਿਆਲ ਕਿ ਸਾਰੀਆਂ ਗੱਲਾਂ ਛੱਡ ਕੇ ਜਿਹੜੀਆਂ ਅਸੀਂ ਸਰਕਾਰਾਂ ਗੱਲਾਂ ਕਰ ਰਹੀਆਂ ਔਰ ਖਾਸ ਕਰਕੇ ਆਮ ਆਦਮੀ ਪਾਰਟੀ, ਇੱਕ ਹੈਲਥ ਐਂਡ ਐਜੂਕੇਸ਼ਨ ਅਤੇ ਬੇਸਿਕ ਇਨਫਰਾਸਟ੍ਰਕਚਰ, ਲੋਕਾਂ ਨੂੰ ਸੜਕ, ਪਾਣੀ, ਸੀਵਰੇਜ, ਇਹ ਅਗਰ 3 ਚੀਜ਼ਾਂ ਸਰਕਾਰ ਕਰ ਲਏ ਤਾਂ ਮੇਰਾ ਖਿਆਲ ਲੋਕ ਰਾਹਤ ਮਹਿਸੂਸ ਕਰਨਗੇ ਵੱਡੀਆਂ ਵੱਡੀਆਂ ਗੱਲਾਂ ਦੀ ਬਜਾਏ। ਐਂਡ ਕਿੱਕਲੀਆਂ ਸੁਣਾਉਣੀਆਂ, ਐਡਵਰਟਾਈਜ਼ਮੈਂਟ ਐਂਡ ਆਲ ਦੈਟ, ਇਹੀ ਪੈਸਾ ਲਾ ਦਿੱਤਾ ਜਾਵੇ, 1,000 ਕਰੋੜ ਰੁਪਈਆ ਐਡਵਰਟਾਈਜ਼ਮੈਂਟ ਦਾ ਹੈਗਾ, ਅਗਰ ਇਹੀ ਪੈਸਾ 117 ਸਬ ਡਿਵੀਜ਼ਨ ਦੇ ਸਾਡੇ ਹੋਸਪਿਟਲਸ ਹੈਗੇ ਨੇ ਉਹਨਾਂ 'ਤੇ 5-5 ਕਰੋੜ ਰੁਪਇਆ ਲਾ ਦਿਓ ਯਾਰ, ਅਤੇ ਉਹਨਾਂ ਦੀ ਦਸ਼ਾ ਔਰ ਨਿਸ਼ਾ ਸੁਧਰ ਜਾਏਗੀ ਵਿਦ ਇਨ 5 CR। ਵੜਿੰਗ ਸਾਹਿਬ, ਇੱਕ ਮਹਿਕਮੇ 'ਚ ਨਹੀਂ, ਲਗਭਗ ਸਾਰੀ ਮਹਿਕਮੇ 'ਚ ਜਿੰਨੇ ਵੀ ਸਰਕਾਰੀ ਮੁਲਾਜ਼ਮ ਆ ਸਮੇਂ ਤੋਂ ਪਹਿਲਾਂ ਜਿਹੜੀਆਂ ਰਿਟਾਇਰਮੈਂਟਾਂ ਲੈ ਰਹੇ ਆ, ਸੋ ਲੱਗਦਾ ਸਰਕਾਰ ਤੋਂ ਪਰੇਸ਼ਾਨ ਨੇ 100%, ਬਿਕੋਜ਼ ਉਹਨਾਂ ਨੂੰ ਲੱਗਦਾ ਨਹੀਂ ਕਿ ਅਸੀਂ ਗੁਹਾਰ ਕਿੱਥੇ ਜਾ ਕੇ ਲਾਈਏ, ਕੌਨਫੀਡੈਂਸ ਨਹੀਂ ਹੈ ਲੋਕਾਂ ਦਾ ਸਰਕਾਰ 'ਤੇ। ਨਾ ਕੇਵਲ ਪੁਲਿਸ, ਹਰ ਡਿਪਾਰਟਮੈਂਟ ਦੇ ਵਿੱਚ ਪ੍ਰੀਮੈਚੁਅਰ ਰਿਟਾਇਰਮੈਂਟਸ ਲੈ ਰਹੇ ਨੇ। ਤੁਸੀਂ ਦੇਖਿਆ ਤਾਂ ਸੀ, ਇੱਥੇ ਆਇਆ ਸੀ ਇੱਕ ਮਿਨਿਸਟਰ, ਉਹਨੇ ਡਾਕਟਰ ਜੰਗ ਬਹਾਦਰ ਨੂੰ ਕਹਿਤਾ ਕਿ ਲੇਟ। ਉਹ ਆਪਦੇ ਆਪ 'ਚ ਇਸ ਗੱਲ ਦਾ ਮਾਣ ਮਹਿਸੂਸ ਕਰ ਰਿਹਾ ਸੀ ਕਿ ਮੈਂ ਡਾਕਟਰ ਜੰਗ ਬਹਾਦਰ ਨੂੰ ਮੰਜੇ 'ਤੇ ਲਟਾਉਂਦਾ। ਉਹ ਭਲਿਆ ਮਾਨਸਾ ਉਹ ਛੱਡ ਕੇ ਚਲਾ ਗਿਆ ਯੂਨੀਵਰਸਿਟੀ, ਉਹ ਹਜ਼ਾਰਾਂ ਲੋਕਾਂ ਦਾ ਇਲਾਜ ਕਰਦਾ ਸੀਗਾ, ਔਰ ਮੈਨੂੰ ਲੱਗਦਾ ਕਿ ਮਨ ਦੇ ਵਿੱਚ ਦਇਆ ਭਾਵਨਾ ਸੀ, ਉਹ ਹੁਣ ਆਪਦਾ ਕੰਮ ਕਰਨ ਲੱਗ ਪਏ। ਸੋ ਇਹੋ ਜਿਹੇ ਤਾਂ ਲੋਕ ਹੈ ਸਾਡੇ ਜਿਹੜੇ ਅੱਜ ਹੈਲਥ ਸਿਸਟਮ ਨੂੰ ਚਲਾ ਰਹੇ ਨੇ, ਸਰਕਾਰਾਂ ਚਲਾ ਰਹੇ ਨੇ। ਸੋ ਮੈਨੂੰ ਬੜੀ ਇਸ ਗੱਲ 'ਤੇ ਸ਼ਰਮ ਆਈ, ਔਰ ਅਸੀਂ ਕੋਸ਼ਿਸ਼ ਕਰਾਂਗੇ। ਮੈਨੂੰ ਸਟਾਫ ਦੇ ਲੋਕ ਚੰਗੇ ਲੱਗੇ, ਲੇਕਿਨ ਕੁਝ ਮਜਬੂਰੀਆਂ ਇਹਨਾਂ ਦੇ ਹੱਥ ਬੰਨੇ ਜਿਹੜੇ ਕੰਮ ਨਹੀਂ, ਕਿੱਦਾਂ ਸਰਕਾਰ ਤੋਂ ਬਿਨਾਂ ਨਹੀਂ ਕਰ ਸਕਦੇ। ਮੈਂ ਮੈਡਮ SMO ਨੂੰ ਰਿਕੁਐਸਟ ਕੀਤੀ ਹੈ ਕਿ ਮੈਨੂੰ ਤੁਸੀਂ ਕੀਪ ਇਨ ਟੱਚ ਵਿਦ ਮੀ, ਮੇਰੇ ਨਾਲ ਗੱਲਬਾਤ ਕਰਦੇ ਰਹੋ। ਮੈਂ ਸਰਕਾਰ ਦੇ ਲੈਵਲ 'ਤੇ ਅਤੇ ਆਪਣੇ ਲੈਵਲ 'ਤੇ ਜੋ ਹੋਸਪਿਟਲ ਨੂੰ ਦੇ ਸਕਦਾ ਇਹ ਮੇਰੀ ਪ੍ਰਾਇਓਰਿਟੀ ਹੋਊਗੀ। ਬੋਲਤਾ ਹੈ ਕਿ ਕੋਈ ਕਹਤਾ ਸਾਥ ਮਰ ਜਾਓ, ਕੋਈ ਕਹਤਾ ਐਮਰਜੈਂਸੀ ਮੇਂ ਜਾਓ, ਵਹਾਂ ਸੇ ਵਹਾਂ ਜਾਤੇ। ਮੇਰੀ ਮੰਗ ਹੈ, ਮੇਰਾ ਇਲਾਜ ਹੋ, ਔਰ ਕਿਆ ਗਰੀਬੋ ਕੀ ਮੰਗ ਹੋ ਸਰ, ਜਿਸਕੋ ਕੋਈ ਨਹੀਂ ਹੈ ਉਸਕੋ ਤੋ ਯਹਾਂ ਪਰ ਦੇਖਣਾ ਚਾਹੀਏ ਨਾ। ਸਰ ਮੇਰੇ ਨਾਲ ਤਾਂ ਸਰ ਦੀ ਇਹੀ ਗੱਲਬਾਤ ਹੋਈ ਹੈ, ਮੈਂ ਤਾਂ ਰਾਊਂਡ ਕਰਾਇਆ ਜਾਂਦਾ, ਕਿਉਂਕਿ ਸਰ ਸਾਡੇ MP ਨੇ ਮੈਂਬਰ ਪਾਰਲੀਮੈਂਟ, ਐਜ਼ ਪਰ ਰਿਸਪੈਕਟ ਮੈਂ, ਐਜ਼ ਪਰ ਪ੍ਰੋਟੋਕੋਲ ਮੈਂ ਹੋਸਪਿਟਲ ਦੀ ਇੰਚਾਰਜ ਹੋਣ ਦੇ ਨਾਤੇ ਮੈਂ ਆਈ ਅਤੇ ਮੈਂ ਉਹਨਾਂ ਦੇ ਨਾਲ ਬਣਦਾ ਰਾਊਂਡ ਕਰਵਾਇਆ, ਅਤੇ ਕਿਉਂਕਿ ਜੋ ਮੇਰਾ ਇੱਕ ਐਜ਼ ਪਰ ਪ੍ਰੋਟੋਕੋਲ ਮੇਰਾ ਫਰਜ਼ ਵੀ ਸੀਗਾ। ਅਤੇ ਬਾਕੀ ਜੋ ਵੀ ਇਹ ਲੋਕ ਬੈਠੇ ਸੀਗੇ, ਮੈਂ ਪਹਿਲਾਂ ਵੀ ਇਹਨਾਂ ਬਾਰੇ ਦੱਸ ਚੁੱਕੀ ਹਾਂ
ਕਿ ਇਹਨਾਂ ਨੇ ਆਪਣਾ ਮੈਮੋਰੈਂਡਮ ADC ਸਾਹਿਬ ਨੂੰ ਉੱਥੇ ਦਿੱਤਾ ਸੀਗਾ ਅਤੇ ਇਹਨਾਂ ਦੀ ਜੋ ਵੀ ਅੱਗੇ ਸਪੋਰਟ ਅਪ ਕਰਤੀ ਹੈ ਅਸੀਂ ਆਪਣੇ ਅਧਿਕਾਰੀਆਂ ਨੂੰ ਮੰਗ ਸਮੱਸਿਆਵਾਂ ਨੇ ਹਸਪਤਾਲ 'ਚ ਕਾਫੀ ਕਮੀਆਂ ਨੇ ਹਸਪਤਾਲ ਹਾਂਜੀ ਸਰ ਨਹੀਂ ਅਸੀਂ ਉੱਪਰ ਦੇਤਾ ਹੈਗਾ ਮੈਨ ਪਾਵਰ ਬਾਰੇ ਵੀ ਕੱਲ੍ਹ ਦੱਸ ਕੇ ਗਏ ਨੇ ਵੀ ਉੱਪਰ ਐਪਲੀਕੇਸ਼ਨ ਰਿਸੀਵ ਹੋਣੀਆਂ ਸ਼ੁਰੂ ਹੋ ਗਈਆਂ ਜਲਦੀ ਭਰਤੀ ਹੋ ਜੂਗੀ ਸਭ ਭਰਤੀ ਹੋ ਗਈ ਸਾਨੂੰ ਹੀ ਹੈਲਪ ਹੋਊਗੀ ਨਾ ਸਰ ਹੈਲਪ ਹੀ ਕਰਾਂਗੇ ਆਪਣੇ ਲੈਵਲ ਤੋਂ ਅਸੀਂ ਫਿਰ ਉਹ ਡਿਸਕਸ ਕਰਦੇ ਹਾਂ ਕਿ ਸਾਨੂੰ ਕੀ ਕੀ ਲੋੜ ਹੈ ਹਸਪਤਾਲ ਵਾਸਤੇ